ਤੁਹਾਡੇ ਘਰ ਵੀ ਕੇਬਲ ਲੱਗੀ ਹੋਵੇਗੀ ਤੇ ਚੈਨਲ ਨੂੰ ਲੈ ਕੇ ਕੇਬਲ ਆਪਰੇਟਰ ਤੁਹਾਡੇ ਘਰ ਵੀ ਦਰਵਾਜ਼ਾ ਖਟਖਟਾਇਆ ਹੋਵੇਗਾ। ਪਰ ਸਾਵਧਾਨ, ਜੇਕਰ ਕੋਈ ਕੇਬਲ ਆਪਰੇਟਰ ਤੁਹਾਡੇ ਘਰ ਆਵੇ ਤਾਂ ਉਸ ਦੀ ਜਾਂਚ ਕੀਤੇ ਬਿਨਾ ਯਕੀਨ ਨਾ ਕਰੋ, ਕਿਉਂਕਿ ਤੁਸੀਂ ਹੋ ਸਕਦੇ ਹੋ ਅਗਲੀ ਲੁੱਟ ਦਾ ਸ਼ਿਕਾਰ। ਜਲੰਧਰ ਦੀ ਜੈਨ ਕਲੋਨੀ ਦੇ ਨੇੜੇ ਸੰਤ ਨਗਰ ਫਾਸਟਵੇ ਤੇ ਕੇਬਲ ਆਪਰੇਟਰ ਬਣ ਕੇ ਆਏ ਲੁਟੇਰਿਆਂ ਨੇ ਘਰ ਇਕੱਲੀ ਔਰਤ ਨੂੰ ਬੇਹੋਸ਼ ਕਰਕੇ ਬੰਦੀ ਬਣਾ ਲਿਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੋਕ ਸੈਂਟਮ ਬਾਕਸ ਠੀਕ ਕਰਨ ਦੇ ਬਹਾਨੇ ਘਰ ਵਿੱਚ ਦਾਖਲ ਹੋਏ ਤੇ ਮੈਂ ਰਿਮੋਟ ਹੀ ਚੁੱਕੀ ਕਰਨ ਲੱਗਿਆ ਦੇਣ ਲੱਗੇ ਤੇ ਉਹਨਾਂ ਨੇ ਮੈਨੂੰ ਪਿੱਛੇ ਵਗੈਰਾ ਮੂੰਹ ਪਕੜ ਲਿਆ ਔਰ ਐਵੇਂ ਪਿੱਛੇ ਧੱਕ ਦਿੱਤਾ। ਫਿਰ ਇੱਕ ਨੇ ਮੇਰੀਆਂ ਬਾਹਾਂ ਪਕੜ ਲਈਆਂ, ਇੱਕ ਨੇ ਲੱਤਾਂ ਪਕੜ ਲਈਆਂ, ਕਹਿੰਦੇ ਇਹਨੂੰ ਬੰਨੋ ਬੰਨੋ ਫਟਾਫਟ। ਬੰਨਣਾ ਸ਼ੁਰੂ ਕਰਤਾ, ਹੱਥ ਵੀ ਬੰਨਤੇ, ਮੇਰੇ ਮੂੰਹ 'ਚ ਵੀ ਚੁੰਨੀ ਬੰਨਤੀ, ਲੱਤਾਂ ਵੀ ਬੰਨਤੀ ਆ ਔਰ ਪਤਾ ਨਹੀਂ ਮੇਰੇ ਕੀ ਇੱਥੇ ਕੀਤਾ, ਮੈਨੂੰ ਹੋਸ਼ ਨਹੀਂ ਰਹੀ। ਮੈਨੂੰ ਲੱਗਦਾ ਇੰਜੈਕਸ਼ਨ ਲਗਾਇਆ ਇਹਨਾਂ ਨੇ, ਪਕੜ ਕੇ ਘੇਲ ਕੇ ਬਾਥਰੂਮ ਦੇ ਵਿੱਚ ਬੰਦ ਕਰਕੇ ਕੁੰਡੀ ਲਗਾ ਤੀ ਅਤੇ ਫਿਰ ਪਤਾ ਨਹੀਂ ਆਪੇ ਇਹਨਾਂ ਨੇ ਕਿਵੇਂ ਇਹਨਾਂ ਨੇ ਕੀਤਾ। ਜਦੋਂ ਉਹਨਾਂ ਨੇ ਅੰਦਰ ਆ ਕੇ ਲੇਡੀ ਨੇ ਪਾਣੀ ਪੂਣੀ ਨੇ ਲੇਡੀ ਕੋਲ ਪਾਣੀ ਮੰਗਿਆ, ਉਸ ਤੋਂ ਬਾਅਦ ਲੇਡੀ ਨੇ ਕੈਪਚਰ ਕਰਕੇ ਉਹਨੂੰ ਕਮਰੇ 'ਚ ਬੰਦ ਕਰਤਾ ਅਤੇ ਘਰ ਵਿੱਚ ਫਿਰ ਨਾ ਕੀ ਆਪਦੇ ਸਮਾਨ ਵਗੈਰਾ ਲੈ ਗਏ ਨੇ, ਕੁਛ ਗੋਲਡ ਆ ਅਤੇ ਕੁਛ ਕੈਸ਼ ਹੈਗਾ। ਕੈਸ਼ ਕਰੀਬਨ 2 ਲੱਖ ਦੇ ਆਸ ਪਾਸ ਕੈਸ਼ ਹੈ, ਗੋਲਡ ਬਾਰੇ ਹਜੇ ਆਪਣੇ ਕਰ ਰਹੇ ਨੇ ਆਪਾਂ। ਕੰਚਨ ਦਾ 5 ਸਾਲਾਂ ਦਾ ਬੇਟਾ ਘਰ ਆਇਆ ਤੇ ਉਸਨੇ ਕੰਚਨ ਨੂੰ ਬਾਥਰੂਮ ਚੋਂ ਬਾਹਰ ਕੱਢਿਆ ਤੇ ਲੁਟੇਰਿਆਂ ਦੀ ਫੋਟੋ CCTV ਕੈਮਰੇ ਵਿੱਚ ਕੈਦ ਹੋ ਗਈ। ਇਸ ਦੇ ਆਧਾਰ ਤੇ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।